ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 8 ਅਕਤੂਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਉਮੀਦ ਸੀਗੀ ਕਿ ਮਾਹੌਲ ਉਸੇ ਤਰ੍ਹਾਂ ਹੀ ਹੈ। ਦੁਪਹਿਰ ਤੱਕ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਦਾ ਸਾਫ਼ ਰਹੇਗਾ, ਪਰ ਬਾਅਦ ਦੁਪਹਿਰ ਤੋਂ ਜਿਹੜਾ ਇੱਕ ਪੱਛਮੀ ਸਿਸਟਮ ਆ ਜਾ ਰਿਹਾ ਹੈ ਉਸਦਾ ਅਸਰ ਪੰਜਾਬ ਉੱਤੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ, ਪਰ ਉਸਦਾ ਜ਼ਿਆਦਾਤਰ ਅਸਰ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਵਿੱਚ ਹੋਵੇਗਾ। ਪਰ ਪੰਜਾਬ ਆਪਣੇ ਪੰਜਾਬ ਦੇ ਵਿੱਚ ਵੀ ਟੁੱਟਵੇਂ ਤੌਰ 'ਤੇ ਮੀਂਹ ਹਨੇਰੀ ਅਗਲੇ ਕੁਝ ਕੁ ਘੰਟਿਆਂ ਤੱਕ, ਯਾਨੀ ਕਿ ਰਾਤ ਦੇ 9-10 ਵਜੇ ਤੋਂ ਪਹਿਲੋਂ ਕਾਫ਼ੀ ਇਲਾਕਿਆਂ ਦੇ ਵਿੱਚ ਪੁੱਜੇਗੀ। ਬਾਰਡਰ ਦੇ ਨਾਲ ਲੱਗਦੇ ਏਰੀਏ ਦੇ ਵਿੱਚ ਹਲਕੀ ਤੋਂ ਦਰਮਿਆਨੀ ਜਿਹੀ ਬੱਦਲਵਾਈ ਜਲਦ ਬਣਨੀ ਸ਼ੁਰੂ ਹੋ ਜਾਵੇਗੀ, ਜਿਹੜੀ ਕਿ ਹੌਲੀ ਹੌਲੀ ਬਾਕੀ ਜ਼ਿਲ੍ਹਿਆਂ ਨੂੰ ਵੀ ਕਵਰ ਕਰਦੀ ਹੋਈ ਦਿਖਾਈ ਦੇਵੇਗੀ। ਉਹਦੇ ਵਿੱਚ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਜਾਂ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਵੀ ਅੱਜ ਬੱਦਲ ਦੇ ਨਾਲ ਮੀਂਹ ਹਨੇਰੀ ਵੀ ਦੇਖਿਆ ਜਾ ਸਕਦਾ ਹੈ। ਜੇਕਰ ਇਹ ਸਿਸਟਮ ਥੋੜ੍ਹਾ ਜਿਹਾ ਸਟਰੋਂਗ ਆਉਂਦੇ ਆ ਤਾਂ ਇਹ ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ ਜਾਂ ਬਠਿੰਡਾ, ਬਰਨਾਲਾ ਇਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇਵੇਗਾ ਰਾਤ ਵੇਲੇ। ਜੇਕਰ ਅੱਧੀ ਰਾਤ ਤੋਂ ਪਹਿਲਾਂ ਆਇਆ ਤਾਂ ਇਹ ਕਾਫ਼ੀ ਸਾਰੇ ਖੇਤਰਾਂ ਨੂੰ ਪੰਜਾਬ ਦੇ ਕਵਰ ਕਰ ਜਾਵੇਗਾ। ਪੰਜਾਬ ਦੇ ਨਾਲ ਲੱਗਦੇ ਇਲਾਕੇ, ਰਾਜਸਥਾਨ ਦੇ ਵੀ ਕਾਫ਼ੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ, ਜੋ ਬਾਰਡਰ ਏਰੀਆ ਹੈ ਅਤੇ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਅਤੇ ਬਰਫ਼ਬਾਰੀ ਲਗਾਤਾਰ ਹੋ